नमस्कार, मैं अंकिता सिंह, आप देख रहे हैं प्राइम न्यूज 24। खबर पंजाब के बटाला से है। जब से कृषि कानून बने हैं, किसान संघर्ष करते दिखाई दे रहे हैं। दिल्ली बॉर्डर पर किसान सर्द मौसम के बावजूद डटे दिखाई दे रहे हैं और उनके हौसले बुलंद कर रहे हैं। वो लोग जो दिल्ली तो नहीं जा सके, लेकिन अपने अपने इलाकों में रहकर उन किसानों के हौसले बुलंद कर रहे हैं जो लंबे समय से संघर्ष कर रहे हैं। जिला गुरदासपुर के बटाला में आईलेट सेंटर वालों की तरफ से राष्ट्रीय किसान दिवस वाले दिन किसान के हक में रोष प्रदर्शन किया गया और वहीं उनका कहना था कि केंद्र सरकार हमारे बच्चों के भविष्य से खेल रही है, जो हम होने नहीं देंगे। वहीं उनका कहना था कि नौजवान जाग चुका है और आज का किसान पढ़ा लिखा है, वह अपना भला बुरा अच्छी तरह ही समझते हैं। उनका कहना था कि केंद्र सरकार अमीर घरानों के साथ देते हुए किसान के साथ साथ हर वर्ग को इन काले कानूनों के बोझ तले दबाना चाहती है, लेकिन केंद्र सरकार यह समझ ले कि किसान और पंजाबी कौन हमेशा ही कुर्बानियां देते रहे हैं और आगे भी तब शहादत देते रहेंगे जब तक केंद्र सरकार यह काले कानून वापस नहीं लेती। प्राइम न्यूज 24 के लिए जतेंद्र कुंडल की रिपोर्ट। ਅਸੀਂ ਸਰ ਕਿਸਾਨਾਂ ਦੇ ਨਾਲ ਹਾਂ, ਹਰ ਹੱਦ ਤੱਕ ਨਾਲ ਜਾਵਾਂਗੇ ਐਂਡ ਅਗਰ ਦਿੱਲੀ ਜਾਣ ਦਾ ਮੌਕਾ ਮਿਲਿਆ ਤਾਂ ਨਾਲ ਜਾਵਾਂਗੇ ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਕਾਲੇ ਕਾਨੂੰਨ ਜਿਹੜੇ ਆ ਇਹਨਾਂ ਨੂੰ ਰੱਦ ਕੀਤਾ ਜਾਵੇ, ਕਿਉਂਕਿ ਇਹ ਕਿਸਾਨ ਸੋਚਦੇ ਆ ਕਿ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਦਾ, ਮਤਲਬ ਉਹ ਕਹਿ ਨਹੀਂ ਸਕਦੇ। ਇਹ ਬਹੁਤ ਖਰਾਬ ਸਾਰੇ ਰੂਲਸ ਜਿਹੜੇ ਹੈਗੇ ਆ, ਇਹਨਾਂ ਨੂੰ ਰੱਦ ਕਰਨਾ ਚਾਹੀਦਾ ਆ, ਸੋਧ ਨਹੀਂ ਕਰਨਾ ਚਾਹੀਦਾ, ਰੱਦ ਕਰਨਾ ਚਾਹੀਦਾ। ਦੇਖੋ, ਅੱਜ 23 ਤਰੀਕ ਹੈਗੀ ਹੈ ਜਿਹਨੂੰ ਕਿਸਾਨ ਦਿਵਸ ਦੇ ਨਾਂ ਤੇ ਵੀ ਜਾਣਿਆ ਜਾਂਦਾ ਵਾ। ਅਸੀਂ ਪੰਜਾਬ ਦੇ ਵਾਸੀ ਹੋ ਕੇ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਇਸ ਟਾਈਮ ਦੇ ਵਿੱਚ ਕਿ ਸਾਡੇ ਸਾਡੇ ਭਰਾ, ਸਾਡਾ ਭਾਈਚਾਰਾ ਸਾਰਾ ਬਾਰਡਰ 'ਤੇ ਬੈਠਾ ਵਾ ਦੁਖੀ ਮਨ ਦੇ ਨਾਲ। ਹਾਲੇ ਮੋਦੀ ਸਰਕਾਰ ਕੋਲੋਂ ਇਹ ਚੀਜ਼ ਚਾਹੁੰਦਾ ਹੋਇਆ ਕਿ ਆਪਣੇ ਕਾਲੇ ਕਾਨੂੰਨ ਵਾਪਸ ਲੈ ਲੈਣ ਤਾਂ ਕਿ ਉਹ ਦੁਖੀ ਸੰਧੀ ਆਪਣੇ ਘਰ ਵਾਪਸ ਜਾ ਕੇ ਆਪਣੇ ਘਰ ਬਾਰ ਕਾਰੋਬਾਰ ਸਾਰਾ ਕੁਛ ਸੰਭਾਲ ਸਕਣ। ਠੀਕ ਹੈ, ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਬਿਲਕੁਲ ਹੀ ਕਿਸਾਨ ਵਿਰੋਧੀ ਨੇ, ਜਿਹਦੇ ਕਰਕੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਨੂੰ ਕਾਲੇ ਦਿਨ ਵੀ ਵੇਖਣੇ ਪੈਣ ਅਤੇ ਸਾਡੇ ਸਾਰੇ ਕਾਰੋਬਾਰ ਜਿਹੜੇ ਨੇ ਸਾਡੇ ਦੁੱਧ ਵਾਲੇ ਤੋਂ ਲੈ ਕੇ ਵੱਡੇ ਤੋਂ ਵੱਡੇ ਮੌਲ ਵਾਲੇ ਵੀ ਜਿੰਨੇ ਵੀ ਨੇ ਉਹ ਇਸ ਚੀਜ਼ ਤੋਂ ਪ੍ਰਭਾਵਿਤ ਹੋਣਗੇ, ਕਿਉਂਕਿ ਆਉਣ ਵਾਲੇ ਟਾਈਮ 'ਤੇ ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਦੇ ਕੋਲ, ਲੋਕਾਂ ਦੇ ਕੋਲ ਪੈਸਾ ਨਹੀਂ ਹੋਏਗਾ ਖਰਚਣ ਨੂੰ ਅਤੇ ਉਸ ਕਰਕੇ ਸਾਡਾ ਜਿਹੜਾ ਪੰਜਾਬ ਹੈ ਉਹ ਖੁਸ਼ਹਾਲੀ ਦੇ ਦਿਨ ਤੋਂ ਦੂਰ ਹੋ ਜਾਏਗਾ। ਇਸ ਕਰਕੇ ਅਸੀਂ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਦਿਨ ਇਸ ਰੋਸ ਪ੍ਰਦਰਸ਼ਨ ਕਰਦੇ ਪਏ ਹਾਂ, ਜਿਹਦੇ ਨਾਲ ਸਾਡੇ ਜਿੰਨੇ ਵੀ ਲੋਕ ਜੁੜੇ ਨੇ ਆਇਲਸ ਇੰਡਸਟਰੀ ਦੇ ਨਾਲ ਉਹ ਸਾਰਾ ਸਾਡੇ ਸਪੋਰਟ ਕਰਦੇ ਪਏ ਆ ਅਤੇ ਅਸੀਂ ਜਲਦ ਹੀ ਚਾਹੁੰਦੇ ਹਾਂ ਕਿ ਜਿਹੜੀ ਮੋਦੀ ਸਰਕਾਰ ਹੈ ਇਹ ਕਾਨੂੰਨਾਂ ਨੂੰ ਵਾਪਸ ਲੈ ਲਵੇ।